ਬੀਤੇ ਦਿਨੀ ਜ਼ਿਲ੍ਹਾ ਮੋਗਾ ਦੇ ਪਿੰਡ ਪੰਜ ਗਰਾਈ ਦੇ ਵਿਚ ਇਕ ਵਿਆਹ ਸਮਾਰੋਹ ਦੇ ਵਿਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੇ ਵਿਚ ਇਕ ਨੌਜਵਾਨ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਿਆ ਅਤੇ ਉਸਦੇ ਸਿਰ ਦੇ ਉੱਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਨੂੰ ਕਿ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਸਰਕਾਰੀ ਹਸਪਤਾਲ ਦੇ ਵਿਚ ਪੁਲਿਸ ਦੇ ਵੱਲੋਂ ਉਸਦੇ ਬਿਆਨ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਪੀੜਤ ਦਾ ਦੋਸ਼ ਹੈ ਕਿ ਦੋਸ਼ੀ ਮੌਜੂਦਾ ਸਰਕਾਰ ਦੇ ਕੁਝ ਵਰਕਰਾਂ ਦਾ ਨਜ਼ਦੀਕੀ ਹੈ, ਜਿਸ ਦੇ ਕਾਰਨ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ। ਇਸ ਮਾਮਲੇ ਦੇ ਵਿਚ ਹੁਣ ਹਸਪਤਾਲ ਦੇ ਵਿਚ ਪੀੜਤ ਦੇ ਬਿਆਨ ਲੈਣ ਆਏ ਪੁਲਿਸ ਦੇ ਕਰਮਚਾਰੀਆਂ ਤੋਂ ਕੁਝ ਜਾਣਨਾ ਚਾਹਿਆ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਹਰਪਾਲ ਸਿੰਘ ਕੀ ਹਾਦਸਾ ਵਾਪਰਿਆ ਤੁਹਾਡਾ, ਕੀ ਗੱਲ? ਭਾਈ ਜੀ, ਮੈਂ ਰਵਾਇਲ ਪੈਲਸ ਪੰਜ ਗ੍ਰਹਿ ਗਿਆ ਸੀ ਵਿਆਹ 'ਤੇ, ਅਤੇ ਉੱਥੇ ਇੱਕ ਦੋ ਪਿੰਡ ਦੇ ਬੰਦੇ ਸੀ ਜਿਨ੍ਹਾਂ ਨਾਲ ਮਾੜੀ ਤੂੰ ਤੂੰ ਮੈਂ ਹੋ ਗਈ ਸੀਗੀ, ਅਤੇ ਉਸ ਤੋਂ ਬਾਅਦ ਮੈਂ ਘਰ ਆ ਗਿਆ ਸ਼ਾਮ ਨੂੰ, ਅਤੇ ਆਪਦਾ ਕੰਮ ਕਾਰ ਕਰਕੇ ਘਰ ਆਰਾਮ ਨਾਲ ਸੌਂ ਗਿਆ। ਮੈਂ ਅਤੇ ਮੇਰੀ ਮਾਤਾ ਦੋਨੇ ਘਰ ਸੀ, ਅਤੇ ਮੇਰਾ ਬ੍ਰਦਰ ਉਹ ਸਾਈਡ 'ਤੇ ਰਹਿੰਦਾ, ਅਤੇ ਰਾਤ ਨੂੰ ਪਿੰਡ ਦੇ ਤਿੰਨ ਬੰਦਿਆਂ ਦੇ ਮੈਂ ਨਾਂ ਜਾਣਦਾ, ਤਿੰਨ ਬੰਦਿਆਂ ਦੀਆਂ ਮੈਂ ਸ਼ਕਲਾਂ ਦੇਖੀਆਂ। ਪਹਿਲਾ ਬੰਦਾ ਸੀਗਾ ਜਗਤਾਰ ਸਿੰਘ ਰਾਮ ਸਿੰਘ ਦਾ, ਅਤੇ ਉਹਦਾ ਹੀ ਡੈਡੀ ਸੀ ਦੂਜਾ ਰਾਮ ਸਿੰਘ। ਤੀਜਾ ਬੰਦਾ ਸੀਗਾ ਕੁਲਵਿੰਦਰ ਸਿੰਘ, ਅਤੇ ਕੁਲਵਿੰਦਰ ਸਿੰਘ ਨੇ ਮਾਂ ਮੇਰੀ ਨੇ ਉਦੋਂ ਗੇਟ ਖੋਲਿਆ ਵੀ ਕੌਣ ਆ ਭਾਈ, ਉਹਨਾਂ ਨੂੰ ਗੇਟ ਖੋਲ ਦਿਓ। ਮੈਂ ਅੰਦਰ ਸੁੱਤਾ ਪਿਆ ਸੀਗਾ, ਅਤੇ ਮੈਂ ਕਿਹਾ ਜਦੋਂ ਇਹ ਖੜਕਾ ਕਰਨ ਲੱਗ ਗਏ, ਰੌਲਾ ਜਿਹਾ ਪਾਉਣ ਲੱਗ ਗਏ, ਮੈਂ ਉੱਠ ਕੇ ਬਾਹਰ ਆ ਗਿਆ। ਮੈਂ ਕਿਹਾ ਕੀ ਗੱਲ ਆ, ਕਹਿੰਦਾ ਤੈਨੂੰ ਕੁੱਟਣਾ। ਮੈਂ ਕਿਹਾ ਦੱਸ ਗੱਲ, ਮਤਲਬ ਇਹਨਾਂ ਨੇ ਇੱਕ ਨੇ ਮੇਰੇ ਇੱਥੇ ਸਿਰ 'ਚ ਮਾਰਿਆ, ਇੱਕ ਨੇ ਮੇਰੇ ਇੱਥੇ ਮਾਰ ਲਈ, ਦੋਵਾਂ ਨੇ ਮੈਨੂੰ ਫੜ ਲਿਆ। ਉਦੋਂ ਨੂੰ ਰੌਲਾ ਪੈ ਗਿਆ ਮਾੜਾ ਮੋਟਾ, ਅਤੇ ਆਂਢਗੁਆਂਢ ਦੇ ਬੰਦੇ ਆ ਗਏ ਸਰ। ਕੌਣ ਸੀ ਬੰਦੇ ਉਹ? ਬੰਦੇ ਕਾਂਗਰਸੀ ਆ ਜੀ, ਦਰਸ਼ਨ ਬਰਾੜ ਦੇ ਰਿਸ਼ਤੇਦਾਰ। ਤੁਹਾਡਾ ਕੀ ਝਗੜਾ? ਕਿਉਂ? ਮੇਰੇ ਨਾਲ ਕੋਈ ਉਹਨਾਂ ਦਾ ਝਗੜਾ ਨਹੀਂ ਸੀ, ਮਾੜੀ ਮੋਟੀ ਇੱਕ ਮੁੰਡੇ ਨਾਲ ਕੁਲਵਿੰਦਰ ਨਾਲ ਪੈਲਸ 'ਚ ਮਾੜੀ ਮੋਟੀ ਗੱਲ, ਕੋਈ ਅੱਜ ਤੱਕ ਸਾਡੀ ਰੰਜਿਸ਼ ਨਹੀਂ, ਕੋਈ ਪੁਰਾਣੀ ਨਹੀਂ। ਤੁਸੀਂ ਵੀ ਕਿਸੇ ਪਾਰਟੀ ਨਾਲ ਕਰਦੇ ਹੋ ਸੰਬੰਧ? ਨਹੀਂ, ਅਸੀਂ ਕਿਸੇ ਪਾਰਟੀ ਨਾਲ ਨਹੀਂ ਕਰਦੇ। ਮੈਂ ਇੱਕ ਯੂਨਾਈਟਡ ਯੂਨੀਅਨ ਦਾ ਮੈਂਬਰ ਹਾਂ, ਅਤੇ ਆਪ ਹੀ ਜਾਣੀ ਆਪਦਾ ਪਿੰਡ ਦਾ ਕੰਮ ਆ, ਕੋਈ ਸਾਂਝਾ ਕੰਮ ਹੁੰਦਾ ਕਿਤੇ, ਉੱਥੇ ਮੈਂ ਜਾਵੜਾ ਸੇਵਾ ਸੁਭਾ ਕਰਿਆ ਉਹਨਾਂ ਨੂੰ, ਬਾਕੀ ਮੈਂ ਕਿਸੇ ਨਾਲ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਤੁਹਾਡੀ ਲੜਾਈ ਹੋਈ ਸੀ ਉਹ ਪਿੰਡ ਦੇ ਹੀ ਬੰਦੇ ਸੀ? ਹਾਂਜੀ, ਜਿਹਨਾਂ ਲੋਕਾਂ ਲੜਾਈ ਹੋਈ ਤੁਹਾਡੇ ਪਿੰਡ ਦੇ ਬੰਦੇ ਸੀ? ਪਿੰਡ ਦੇ ਬੰਦੇ ਸੀ, ਖੇਤਾਂ 'ਚ ਰਹਿੰਦੇ ਸੀ ਬਾਹਰ, ਇੱਕ ਕਿਲੋਮੀਟਰ ਪਿੰਡ ਤੋਂ ਬਾਹਰ। ਉਹ ਸਪੈਸ਼ਲ ਮੈਨੂੰ ਮਾਰਨ ਆਏ ਸੀ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਟੈਕਸੀ ਲੈਣ ਦਾ ਕੰਮ ਕਰਦਾ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ? ਪੁਲਿਸ ਵੱਲੋਂ ਕੋਈ ਨਹੀਂ, ਇੱਥੇ ਮੈਂ 3 ਦਿਨ ਹੋ ਗਏ ਮੈਨੂੰ ਪਏ ਨੂੰ, ਕੋਈ ਆਇਆ ਨਹੀਂ ਗਾ। ਘਰ ਮੇਰੇ ਕੱਲ੍ਹ ਇਨਕੁਆਇਰੀ ਕਰਨ ਆਏ ਸੀ, ਉੱਥੇ ਮੇਰੀ ਵਾਈਫ ਸੀਗੇ, ਉਹ ਆਏ ਹੋਏ ਸੀ, ਅਤੇ ਮਾੜਾ ਮੋਟਾ ਉਹਨਾਂ ਨੇ ਦੇਖਿਆ, ਪੁੱਛਿਆ, ਅਤੇ ਕੁਛ ਨਹੀਂ। ਸਰਪੰਚ ਨੂੰ ਸਾਡੇ ਨੂੰ ਥੋੜ੍ਹਾ ਜਿਹਾ ਤੂੰ ਮੈਂ ਹੋਈ ਉਹਨਾਂ ਨਾਲ, ਸਰਪੰਚ ਨੂੰ ਕਹਿਣ ਲੱਗੇ ਤੁਹਾਨੂੰ ਵੇਖਾਂਗੇ ਕੋਈ ਗੱਲ। ਤੁਹਾਡੇ ਘਰ ਦੇ ਕਿਸੇ ਹੋਰ ਦੇ ਮੈਂਬਰ ਦੇ ਸੱਟਾਂ ਵੱਜੀਆਂ? ਕਿੱਦਾਂ ਜੀ? ਤੁਹਾਡੇ ਘਰ ਦੇ ਕਿਸੇ ਹੋਰ ਮੈਂਬਰ ਦੇ ਸੱਟਾਂ ਵੱਜੀਆਂ? ਨਹੀਂ ਜੀ, ਕਿਸੇ ਦੇ। ਕੀ ਕਾਰਨ ਆ, ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ, ਤੁਹਾਨੂੰ ਕੀ ਸਮਝਦੇ ਹੋ? ਇਹ ਮੈਂ ਤਾਂ ਇਹ ਸਮਝਦਾ, ਇਹ ਦਰਸ਼ਨ ਸਿੰਘ ਬਰਾੜ MLA ਆ, ਉਹਨਾਂ ਦਾ ਜ਼ੋਰ ਆ, ਉਹ ਕਰ ਰਹੇ ਆ ਉਹਨਾਂ ਦੇ ਆਪਦੇ ਰਿਸ਼ਤੇਦਾਰਾਂ ਦੀ ਮਦਦ। ਮੇਰੀ ਕੋਈ ਸੁਣਵਾਈ ਨਹੀਂ। ਸਾਡੇ ਪਿੰਡ ਦੇ ਜਿੰਨੇ ਕਲੱਬ ਵਾਲੇ ਮੁੰਡੇ ਆ ਜਾਂ ਮੇਰੇ ਸਪੋ ਜਿੰਨੇ ਪਿੰਡ 'ਚ ਆ ਯਾਰ ਦੋਸਤ ਆ, ਉਹੀ ਮੇਰੀ ਹੈਲਪ ਕਰਦੇ, ਉਹੀ ਮੇਰਾ ਮਾੜਾ ਮੋਟਾ। ਤੁਸੀਂ ਪਾਰਟੀ ਦੇ ਨਾਲ ਨਹੀਂ ਸਮਝਦੇ ਅੱਜ ਤੱਕ? ਫਿਰ ਕਿਉਂ ਦਰਸ਼ਨ ਬਰਾੜ ਤੁਹਾਡੇ ਉਲਟ ਚੱਲ ਰਿਹਾ ਹੈਗਾ, ਜਦੋਂ ਕਿ ਤੁਸੀਂ ਸਾਂਝੇ ਬੰਦੇ ਹੋ? ਉਹਨਾਂ ਦੇ ਰਿਸ਼ਤੇਦਾਰ ਹੈ ਜੀ, ਉਹ ਉਹਨਾਂ ਨੂੰ ਕੁੱਟਣਾ ਜਾਂ ਤਾਂ ਉਹਨਾਂ ਨੂੰ ਪਤਾ ਵੀ ਕਾਹ ਤੋਂ ਚੱਲ ਰਿਹਾ। ਕੋਈ ਸਾਡੀ ਰੰਜਿਸ਼ ਨਹੀਂ, ਕੋਈ ਅੱਜ ਸਾਡੇ ਚਾਰ ਪਹਿਲਾਂ ਲੜਾਈ ਨਹੀਂ ਹੋਈ, ਕੁਛ ਨਹੀਂ ਹੋਇਆ, ਪਰ ਅੱਜ ਉਹ ਬੰਦੇ ਸਾਡੇ ਉਲਟ ਚੱਲ ਰਹੇ ਆ। ਤੁਸੀਂ ਤੁਹਾਡੀ ਕੀ ਮੰਗ ਆ? ਮੇਰੀ ਮੰਗ ਆ ਇਨਸਾਫ ਵੀ, ਜਿਵੇਂ ਮੇਰੇ ਘਰ ਆ ਕੇ ਘਰ ਦੇ ਵਿੱਚ ਆ ਕੇ ਸੱਟਾਂ ਮਾਰੀਆਂ, ਨਾ ਤਾਂ ਅੱਜ ਤੱਕ ਉਹਨਾਂ ਦੇ ਕੋਈ ਪਰਚਾ ਦਰਜ ਹੋਇਆ, ਇੱਥੇ ਮੈਂ ਬੈਠਾ 3 ਦਿਨ ਤੋਂ, ਨਾ ਮੇਰੇ ਨਾਲ ਕੋਈ ਇਹਨਾਂ ਦਾ ਕੋਈ ਹਿਸਾਬ ਕਿਤਾਬ ਹੋਇਆ।
ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।